ਇੱਥੋਂ ਦਾ ਦੀਨ ਹੈ ਯਾਰ, ਅੱਲਾਹ ਦਾ ਵਾਸਤਾ ਦੇ ਕੇ ਕਹਿੰਦਾ ਕਦੀ ਫਿਰਕਾ ਵਰੀਅਤ ਦੀ ਐਨਕ ਉਤਾਰ ਕੇ ਵੀ ਸੋਚੋ ਯਾਰ, ਸ਼ਹੀਦ ਹੋਣ ਵਾਲੇ ਹੋ ਗਏ। ਹੁਣ ਵੇਖੋ, ਜੇ ਮਾਤਮ ਤੇ ਨੋਹਾ ਅੱਲਾਹ ਦੀ ਇੱਜ਼ਤ ਦੀ ਕਸਮ ਜਾਇਜ਼ ਹੁੰਦਾ ਤੇ ਨਬੀ ਪਾਕ ਸਭ ਤੋਂ ਪਹਿਲੇ ਮਾਤਮ ਆਪਣੇ ਚਾਚਾ ਹਜ਼ਰਤ ਹਮਜ਼ਾ ਦਾ ਕਰਦੇ ਉਹਦ ਦੇ ਮੈਦਾਨ ਦੇ ਅੰਦਰ, ਤੇ ਨਬੀ ਪਾਕ ਫਰਮਾਉਂਦੇ ਹਮਜ਼ਾ ਚਾਚਾ ਤੇਰੀ ਸ਼ਕਲ ਮੇਰੇ ਬਾਪ ਨਾਲ ਮਿਲਦੀ ਏ ਤੇ ਮੈਨੂੰ ਤੇਰੇ ਨਾਲ ਚਾਚਾ ਬੜਾ ਪਿਆਰ ਏ। ਨਬੀ ਪਾਕ ਆਪਣੇ ਚਾਚੇ ਨਾਲ ਬੜੀਆਂ ਮੁਹੱਬਤਾਂ ਕਰਦੇ। ਉਹ ਵੀਰੇ ਉਹ ਬਾਪ ਟੁਰ ਜਾ ਤੇ ਤਾਇਆਂ ਨਾਲ ਵੈਰ ਨਹੀਂ ਕੁੱਟੀਦਾ, ਚਾਚੀਆਂ ਨਾਲ ਵੈਰ ਨਹੀਂ ਕੁੱਟੀਦਾ, ਤੇ ਚਾਚੀਆਂ ਤਾਇਆਂ ਨੂੰ ਮੈਂ ਅੱਲਾਹ ਦਾ ਵਾਸਤਾ ਦੇ ਕੇ ਕਹਿੰਦਾ ਗੱਲ ਗੱਲ ਤੇ ਭਤੀਜਿਆਂ ਨਾਲ ਵੈਰ ਨਾ ਕੁੱਟਿਆ ਕਰੋ, ਹਸਦ ਨਾ ਕੁੱਟਿਆ ਕਰੋ, ਇਹਨਾਂ ਨੂੰ ਪਰੇਸ਼ਾਨ ਨਾ ਕਰਿਆ ਕਰੋ। ਇਹਨਾਂ ਦੇ ਸਿਰ ਦਾ ਤਾਜ ਟੁਰ ਗਿਆ, ਹੁਣ ਸਾਰਾ ਕੁਝ ਹੀ ਤੁਸੀਂ ਜੇ ਮਾਤਮ ਜਾਇਜ਼ ਹੁੰਦਾ ਤੇ ਮੇਰੇ ਨਬੀ ਪਾਕ ਸੈਯਦਨਾ ਹਮਜ਼ਾ ਦਾ ਮਾਤਮ ਦੇ ਕੰਮ ਕੰਮ ਜ਼ਰੂਰ ਕਰਦੇ। ਕਿੱਡੀ ਬੇਦਰਦੀ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਜੇ ਨੋਹਾ ਤੇ ਮਾਤਮ ਹੁੰਦਾ, ਹਜ਼ਰਤ ਹੁਸੈਨ ਦੇ ਬੇਟੇ ਦਾ ਨਾਮ ਜ਼ੈਨੁਲ ਆਬਦੀਨ ਹੈ। ਵਾਕਿਆ ਕਰਬਲਾ ਤੋਂ ਬਾਅਦ ਤਕਰੀਬਨ 30 ਸਾਲ ਜ਼ਿੰਦਾ ਰਹੇ ਨੇ, ਮਾਤਮ ਨਹੀਂ ਕੀਤਾ। ਜ਼ੈਨੁਲ ਆਬਦੀਨ ਦੇ ਬੇਟੇ ਦਾ ਨਾਮ ਇਮਾਮੇ ਬਾਕਰ ਹੈ। ਇਮਾਮੇ ਬਾਕਰ ਦੇ ਬੇਟੇ ਦਾ ਨਾਮ ਮੂਸਾ ਕਾਜ਼ਮ ਹੈ। ਮੂਸਾ ਕਾਜ਼ਮ ਦੇ ਬੇਟੇ ਦਾ ਨਾਮ ਹਸਨ ਰਜ਼ਾ ਹੈ। ਨਕੀ ਤਕੀ ਹੈ, ਹਸਨ ਅਸ਼ਕਰੀ ਹੈ। ਜਿਤਨੇ ਇਮਾਮ ਨੇ ਸਾਰੇ ਮੇਰੇ ਮੁਹੱਬਤ ਵਾਲੇ, ਪਿਆਰ ਵਾਲੇ, ਅਕੀਦਤ ਵਾਲੇ, ਇਹਨਾਂ ਨੇ ਮਾਮਲਾਤ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕਿਆਮਤ ਵਾਲੇ ਦਿਨ ਉਹ ਬੰਦਾ ਮੁਜਰਮ ਬਣਾ ਕੇ ਉਠਾਇਆ ਜਾਏਗਾ ਜਿਹੜਾ ਦੁਨੀਆ 'ਤੇ ਨੋਹਾ ਕਰਦਾ ਰਿਹਾ।